नमस्कार, हलचल में आपका स्वागत है। सबसे पहले नजर डालते अपने शहर और आसपास की हलचल पर। अमृतसर के नजदीकी गांव मंडाला में मोटरसाइकिल सवार दो अज्ञात लोगों ने नौजवान को मारी गोलियां, हुई मौत। कपूरथला के अधीन आते काला सिंगिया में मोटरसाइकिल पर पीछे बैठे युवक की हुई मौत, ट्रैक्टर ट्रॉली को ओवरटेक करते समय हुआ हादसा। जालंधर में पुलिस कमिश्नर स्वपन शर्मा की अगुवाई में निकाला गया फ्लैग मार्च, कहा पुलिस जनता के लिए 24 घंटे उपलब्ध। और अब हलचल विस्तार से। गुरु नगरी में दिन दहाड़े एक नौजवान की गोलियां मारकर हत्या करने का मामला सामने आया। मिली जानकारी के मुताबिक 35 वर्षीय जजबीर परिवार सहित ट्रैक्टर ट्रॉली पर आनंदपुर साहिब के लिए रवाना हुआ था। इस दौरान अमृतसर के बंडाला गांव के नजदीक मोटरसाइकिल सवार अज्ञात लोग जजबीर सिंह को 4 गोलियां मारकर फरार हो गए, जिसके बाद घायल युवक को अमृतसर के निजी हॉस्पिटल में लाया गया, जहाँ डॉक्टरों ने उसे मृत घोषित कर दिया। तो वहीं पारिवारिक सदस्यों के अनुसार ये पुरानी रंजिश का मामला बताया जा रहा है। वहीं पीड़ित परिवार ने इंसाफ की गुहार लगाई है। इस संबंधी सूचना मिलते ही पुलिस ने मौके पर पहुंचकर मामला शुरू कर आगे की कार्रवाई शुरू कर दी है। अमृतसर से हलचल के लिए सुनील खोसला की रिपोर्ट। ए जी तो घरों निकले आ हीरा मगर गड्डी ला गए सब, हीरा नूर मगरे लगे आ दो बंदे ना तरनतार नूं लै, पता नहीं तरनतार दे कित्थों दे आ जिन्हां गोलियां मारियां। ਇਹਨੇ ਪੂਰੀ ਸੂਹ ਰੱਖੀ ਆ ਵੀ ਕਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ। ਕਿਹਨੇ ਸੂਹ ਰੱਖੀ ਹੈ ਜੀ? ਹੀਰੇ ਨੇ। ਤੇ ਕਿਹਦੇ ਗੋਲੀ ਵੱਜੀ ਹੈ ਜੀ? ਜਜਵੀਰ ਦੇ। ਤੁਸੀਂ ਕੀ ਲੱਗਦੇ ਹੋ ਤੁਹਾਡੇ? ਮੈਂ ਮੇਰਾ ਮੁੰਡਾ ਜੀ। ਕਿੰਨੀ ਉਮਰ ਹੋ ਗਈ ਇਹਦੀ? 40 ਸਾਲ ਉਮਰ ਜੀ। ਤੇ ਵਿਆਹ ਜੀ? ਵਿਆਹ ਜੀ, ਦੋ ਬੱਚੇ ਜੀ। ਕੋਈ ਪੁਰਾਣੀ ਰੰਗਿਸ਼ ਲੱਗਦੀ? ਕੋਈ ਸਾਡੀ ਇਹਨਾਂ ਦਾ ਮੁੰਡਾ ਜੀ, ਇੱਧਰਾਂ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੇ ਦੀ ਖੋਰ ਰਾਖੀ ਆਉਂਦੇ ਆ ਬੜੇ ਚਿਰ ਦੀ, ਖੋਰ ਪੁਰਾਣੀ ਰੱਖੀ ਆਉਂਦੇ ਆ। ਉਹ ਆਂਦੇ ਤੈਨੂੰ ਛੱਡਣਾ ਨਹੀਂ ਅਸੀਂ, ਇਹ ਨਾ ਕੰਮ ਕਰਤਾ। ਉਹ ਤਾਂ ਕਿੰਨੀਆਂ ਗੋਲੀਆਂ ਲੱਗੀਆਂ? 4 ਗੋਲੀਆਂ। 4 ਗੋਲੀਆਂ ਲੱਗੀਆਂ ਜੀ। ਕੁਛ ਪਹੁੰਚੇ ਮੌਕੇ ਤੁਸੀਂ? ਉੱਠ ਗਈ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਵੇ ਇਹਨਾਂ ਦਾ। ਇਹਦਾ ਇੱਕ ਬਾਹਰ ਇਹਦਾ ਕੀ ਲੱਗਦਾ, ਪੱਕਾ ਕੀ ਲੱਗਦਾ, ਹਥਿਆਰ ਠੂਰ ਉਧਰੋਂ ਗੈਂਗਸਟਰ ਬਣਿਆ, ਇਹ ਸਾਰੇ ਗੈਂਗਸਟਰਾਂ ਦਾ ਚਾਹਾ ਬਣਿਆ ਜੀ। ਗੈਂਗਸਟਰਾਂ ਦਾ ਸੰਬੰਧ ਰੱਖਦੇ? ਹਾਂਜੀ ਪੂਰਾ ਜੀ, ਗੈਂਗਸਟਰਾਂ ਦਾ ਸੰਬੰਧ ਰੱਖਦੇ ਜੀ। ਅਸੀਂ ਆਨੰਦਪੁਰ ਸਾਹਿਬ ਜਾਂਦੇ ਹਾਂ ਤੇ ਮਗਰੋਂ ਦੋ ਮੁੰਡੇ ਆਏ ਮੋਟਰਸਾਈਕਲ ਤੇ, ਹੌਲੀ ਹੌਲੀ ਜੀ ਇੱਕ ਜੱਜ ਇੱਕ ਹੀਰਾ ਮਗਰ ਗੱਡੀ ਤੇ ਆਉਣ ਦਿਆ ਸੀਗਾ। ਹੀਰਾ ਵੀ ਦੋ ਕਹਿੰਦਾ ਸਾਡਾ ਗਵਾਂਢੀ ਸਾਹਮਣੇ ਰਹਿੰਦਾ ਆ ਤੇ ਉਹਦੀ ਮੰਮੀ ਨਾਲ ਜਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ, ਦੋ ਮੁੰਡੇ ਆਏ ਤੇ ਉਹਨਾਂ ਦੇ 3 ਗੋਲੀਆਂ ਲੱਗ ਗਿਆ ਤੇ ਉਸ ਤੋਂ ਬਾਅਦ ਹਸਪਿਟਲ ਲੈ ਕੇ ਉਹਨਾਂ ਦੀ ਡੈਥ ਹੋ ਗਈ। ਔਰ ਨਹੀਂ ਹੈ ਇਹ ਕੋਈ ਪੁਰਾਣੀ ਲੜਾਈ? ਹਾਂਜੀ ਹੈਗੀ ਸੀ, ਲੜਦੇ ਸੀਗੇ ਕੁਝ, ਪੁਰਾਣਾ ਲੜਾਈ ਝਗੜਾ ਹੈਗਾ ਸੀਗਾ। ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ, ਉਹਨਾਂ ਦੀ ਬਕਾਇਦਾ ਗੱਡੀ 'ਚ ਰਿਕਾਰਡਿੰਗ ਵੀ ਹੈਗੀ ਆ। ਜਿਨ੍ਹਾਂ ਨੂੰ ਗੋਲੀ ਚਲਾਈ ਉਹ ਕਿੰਨੇ ਜਣੇ ਆਏ ਸੀ? ਉਹ 2 ਜਣੇ ਮੁੰਡੇ ਸੀਗੇ, ਹਾਂਜੀ ਮੋਟਰਸਾਈਕਲ ਤੇ ਸੀ ਤੇ ਜਿਹੜਾ ਹੀਰਾ ਸੀ ਉਹ ਇਕੱਲਾ ਗੱਡੀ ਦੇ ਮਗਰ ਆਇਆ ਸੀਗਾ। 3 ਗੋਲੀਆਂ, 3 ਲੱਗੀਆਂ ਆ। ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਹਾਂਜੀ ਉਹ ਗੱਡੀ ਦੇ ਮਗਰ ਆਉਣ ਦਿਆ ਸੀਗਾ, ਉਸ ਤੋਂ ਬਾਅਦ ਗਾਹ ਨਾ ਹੀ ਨਹੀਂ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ, ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ, ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆਂ ਨੇ। ਹਾਂਜੀ ਆਨੰਦਪੁਰ ਸਾਹਿਬ ਜਾਂਦੇ ਸੀ। ਤੇ ਕੀ ਮੰਗ ਕਰਦੇ ਹੋ? ਅਸੀਂ ਉਹਨਾਂ ਦੇ ਪਰਚਾ ਕਰਨਾ ਹੈ ਤੇ ਉਹਨਾਂ ਮਾਂ ਪੁੱਤਾਂ ਤੇ, ਉਹਨਾਂ ਦਾ ਹੀ ਹੱਥ ਹੈ ਪੂਰਾ, ਹੀਰਾ ਬੀਬੀ ਨੇ ਇਹਨੇ ਮਰਵਾਇਆ ਹੈ ਉਹਨੂੰ। ਉਹ ਮੂੰਹ ਮਵਾਉਂਦੇ ਹੁੰਦੇ ਸੀ ਅਸੀਂ ਇਹਨੂੰ ਮਾਰਨਾ ਹੈ ਮਗਰ ਲੱਗੇ ਸੀਗੇ ਬੜੇ ਚਿਰ ਦੇ। ਉਹਨਾਂ ਨੇ ਪਤਾ ਸੀ ਅਸੀਂ ਆਨੰਦਪੁਰ ਸਾਹਿਬ ਜਾਣਾ ਆ ਤੇ ਉਸ ਰਾਤ ਦਾ ਉਹਨਾਂ ਨੇ ਪਤਾ ਸੀ ਤੇ ਸਵੇਰੇ ਉਹਨਾਂ ਨੇ ਆਹ ਕੰਮ ਕੀਤਾ ਆ ਤੇ ਪਲੀਜ਼ ਉਹਨਾਂ ਨੂੰ ਇਨਸਾਫ ਚਾਹੀਦਾ, ਉਹਨਾਂ ਤੇ ਪਰਚਾ ਹੋਣਾ ਚਾਹੀਦਾ ਦੋਵਾਂ ਮਾਂ ਪੁੱਤਾਂ ਦੇ। ਉਹਨਾਂ ਦਾ ਚੈਨ ਹੋ ਵੀ ਸਕਦਾ ਆ।
ਇਹ ਤਾਂ ਤੁਸੀਂ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ। ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਹੈ, ਉਹਨਾਂ ਨੂੰ ਤਾਂ ਕਿਸੇ ਚੀਜ਼ 'ਚ ਕੋਈ ਹੱਥ ਨਹੀਂ ਸੀ। ਹਾਂਜੀ, ਖੇਤੀਬਾੜੀ ਦਾ ਵਾਈ ਜਗਵੀਰ ਸਿੰਘ ਆ, ਇਹ ਪਿੰਡ ਦੋਕੇ ਥਾਣਾ ਕਰਿੰਡਾ। ਇਹਨਾਂ ਦੀ ਆਪਸ 'ਚ ਪਿੰਡ 'ਚ ਕੋਈ ਟੱਸਰਬਾਜ਼ੀ, ਆਪਸ 'ਚ ਜ਼ਮੀਨ ਤੋਂ ਝਗੜਾ ਚੱਲਦਾ ਆ। ਇਹ ਅੱਜ ਜਾ ਰਹੇ ਸੀਗੇ ਮੱਥਾ ਟੇਕਣ ਟਰਾਲੀ ਦੇ, ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ। ਬਾਕੀ ਆਪਾਂ ਤਫਤੀਸ਼ ਕਰ ਰਹੇ ਹਾਂ। ਆਪਣਾ ਬੰਡਾਲੇ ਪਿੰਡ ਦੇ ਕੋਲ ਚਾਰ ਗੋਲੀਆਂ, 30 ਸਾਲ ਮੋਟਰਸਾਈਕਲ ਕੇ ਪੀਛੇ ਬੈਠੇ ਇੱਕ ਯੁਵਕ ਕੀ ਮੌਕੇ ਪਰ ਹੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੱਤੇ ਹੋਏ SI ਲਖਵਿੰਦਰਪਾਲ ਸਿੰਘ ਨੇ ਬਤਾਇਆ ਕਿ ਮ੍ਰਿਤਕ ਜਲੰਧਰ ਮੇ ਕਾਰਪੇਂਟਰ ਕਾ ਕਾਮ ਕਰਤਾ ਥਾ। ਕਾਲਾ ਸਿੰਘਿਆ ਸੇ ਆਪਣੇ ਗਾਂਵ ਮੇਘਾ ਮਾਰੀ ਭਿਕੀ ਵਿੰਡ ਜਾਤੇ ਸਮੇਂ ਕਾਲਾ ਸਿੰਘਿਆ ਮੇ ਇੱਕ ਟਰਾਲੀ ਟਰੈਕਟਰ ਕੋ ਓਵਰਟੇਕ ਕਰਤੇ ਸਮੇਂ ਉਨਕੇ ਸਾਥ ਇੱਕ ਭਿਆਨਕ ਦੁਰਘਟਨਾ ਹੋਈ, ਜਿਸਮੇ ਉਸਕੀ ਮੌਕੇ ਪਰ ਹੀ ਮੌਤ ਹੋ ਗਈ। ਮ੍ਰਿਤਕ ਯੁਵਕ ਕੀ ਪਹਿਚਾਣ ਪਾਰਸ ਕੁਮਾਰ ਪੁੱਤਰ ਹਰਦਿਆਲ ਸਿੰਘ ਕੇ ਤੌਰ ਪਰ ਹੋਈ ਹੈ। ਪੁਲਿਸ ਨੇ ਸ਼ਵ ਕੋ ਕਬਜ਼ੇ ਮੇ ਲੇਕਰ ਅਗਲੀ ਕਾਰਵਾਈ ਸ਼ੁਰੂ ਕਰ ਦੀ ਹੈ। SI ਲਖਵਿੰਦਰਪਾਲ ਸਿੰਘ, ਮੈਂ ਮੌਕੇ ਤੇ ਪਹੁੰਚਿਆ ਜੀ। ਇਹ ਪਾਰਸ ਪੁੱਤਰ ਹਰਦਿਆਲ ਸਿੰਘ ਵਾਸੀ ਮਾੜੀ ਮੇਘਾ ਭਿੱਖੀ ਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ, ਜਿਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ। ਅਤੇ ਇਹ ਦੋ ਜਣੇ ਮੋਟਰਸਾਈਕਲ 'ਤੇ ਸਵਾਰ ਸੀ, ਜਲੰਧਰ ਤੋਂ ਕੰਮ ਕਰਕੇ ਆ ਰਹੇ ਸੀ ਔਰ ਆਪਣੇ ਘਰ ਨੂੰ ਜਾ ਰਹੇ ਸੀ। ਟਰਾਲੀ ਨੂੰ ਓਵਰਟੇਕ ਕਰਦੇ ਹਾਂ ਵੀ ਇਹਨਾਂ ਦਾ ਬੈਲੈਂਸ ਵਿਗੜ ਗਿਆ ਅਤੇ ਡਿੱਗ ਕੇ ਇਹਨਾਂ ਦੀ ਮੌਤ ਹੋਈ। ਹੁਣ ਇਹਨਾਂ ਤੋਂ ਉਸ ਮੋਟਰਸਾਈਕਲ ਦੀ ਜਿਹਨਾਂ ਮੋਟਰਸਾਈਕਲ ਨਾਲ ਟਕਰਾਇਆ ਅਤੇ ਟਰਾਲੀ ਦੀ ਦੋਨਾਂ ਵਹੀਕਲਾਂ ਦੀ ਭਾਲ ਜਾ ਰਹੀ ਹੈ, ਤਫਤੀਸ਼ ਜਾ ਰਹੀ ਹੈ। ਜੋ ਵੀ ਤੱਕ ਸਾਹਮਣੇ ਆਉਣਗੇ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਸਰ ਕਿੱਧਰੋਂ ਆ ਰਹੇ ਸੀ ਨੌਜਵਾਨ ਜੀ? ਇਹ ਸਰ ਜਲੰਧਰ ਤੋਂ, ਇਹ ਜਲੰਧਰ ਤੋਂ ਆ ਰਹੇ ਸੀ ਅਤੇ ਟਰਾਲੀ ਵੀ ਜਿਹੜੀ ਇੱਧਰ ਜਲੰਧਰ ਸਾਈਡ ਤੋਂ ਜਾ ਰਹੀ ਸੀ ਕਾਲਾ ਇੱਧਰ ਨੂੰ ਅੱਡੇ ਵੱਲ ਨੂੰ। ਜਲੰਧਰ ਮੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੁਆਰਾ ਆਪਣੀ ਟੀਮ ਕੇ ਸਾਥ ਫਲੈਗ ਮਾਰਚ ਨਿਕਾਲਾ ਗਿਆ, ਜਿਸਕਾ ਮਕਸਦ ਆਨੇ ਵਾਲੇ ਲੋਕ ਸਭਾ ਚੁਣਾਵ ਮੇ ਸ਼ਹਿਰ ਮੇ ਅਮਨ ਔਰ ਸ਼ਾਂਤੀ ਬਣਾਏ ਰੱਖਣਾ ਔਰ ਜੋ ਲੋਕ ਮਾਹੌਲ ਖਰਾਬ ਕਰ ਸਕਤੇ ਹੈ ਉਨਮੇ ਡਰ ਬਣਾ ਰਹੇ ਹੈ। ਇਸ ਦੌਰਾਨ ਬੜੀ ਸੰਖਿਆ ਮੇ ਗਾੜੀਆਂ ਸ਼ਹਿਰ ਕੇ ਅਲੱਗ ਅਲੱਗ ਜਗ੍ਹਾਓਂ ਸੇ ਘੂਮਤੇ ਹੋਏ PPR ਮਾਰਕੀਟ ਮੇ ਪਹੁੰਚੇ। ਇਸ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਹਮਾਰੀ ਰੋਜ਼ ਕੀ ਚੈਕਿੰਗ ਹੈ ਤਾਂ ਕਿ ਸਾਰਾ ਸਿਸਟਮ ਸਹੀ ਰਹੇ। ਲੋਕ ਸਭਾ ਚੁਣਾਵੋਂ ਕੇ ਮੱਦੇਨਜ਼ਰ ਫਲੈਗ ਮਾਰਚ ਨਿਕਾਲੇ ਜਾ ਰਹੇ ਤਾਂ ਕਿ ਸ਼ਹਿਰ ਮੇ ਅਮਨ ਸ਼ਾਂਤੀ ਬਣੀ ਰਹੇ। ਇਸ ਦੌਰਾਨ ਉਨ੍ਹਾਂ ਸ਼ਹਿਰ ਵਾਸੀਓਂ ਸੇ ਕਿਹਾ ਕਿ ਪੁਲਿਸ ਉਨਕੇ ਲਈ 24 ਘੰਟੇ ਉਪਲਬਧ ਹੋਗੀ। ਮੁਲਾਜ਼ਮਾਂ ਦੀ ਜਿਹੜੀ ਹੈ ਉਹ ਤਾਂ ਰੋਜ਼ ਦੀ ਗੱਲ, ਬਟ ਜੁਸਟਨੈਸ ਲਾ ਲਓ, ਸੈਂਸਿਟੀਵਿਟੀ ਲਾ ਲਓ, ਉਹ ਇਨਫਿਊਜ਼ ਹੋਣੀ ਜ਼ਰੂਰੀ ਹੈ ਜਦ ਤੱਕ ਇਲੈਕਸ਼ਨ ਹੈ। ਲੋਕਾਂ ਨੂੰ ਕੀ ਅਪੀਲ ਨਜ਼ਰ ਆਈ ਹੈ ਕਿ ਫਲੈਗ ਮਾਰਚ ਦੌਰਾਨ, ਮੌਕਿੰਗ ਦੌਰਾਨ ਜਿਹੜੇ ਵਹੀਕਲ ਜਿਹੜੇ ਪਾਰਕਿੰਗ ਨੋ ਪਾਰਕਿੰਗ ਜ਼ੋਨ ਤੋਂ ਪਾਰਕ ਹੋਏ ਨੇ ਉਹਨਾਂ 'ਤੇ ਬਹੁਤ ਸਟ੍ਰਿਕਟਨੈਸ ਕੀਤੀ ਹੈ? ਉਹ ਤਾਂ ਰੋਜ਼ ਦੀ ਰੋਜ਼ ਜਿਹੜੇ ਨੋ ਟੋਲਰੈਂਸ ਜ਼ੋਨ ਹੈ ਰੋਜ਼ ਸਟ੍ਰਿਕਟਨੈਸ ਹੋ ਗਿਆ। ਕੁਛ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਅਪੀਲ ਨਹੀਂ, ਇਹ ਸਿਰਫ ਡਰਿਲ ਸੀ। ਪੰਜਾਬ ਮੇ ਹੋਣੇ ਵਾਲੇ ਲੋਕ ਸਭਾ ਚੁਣਾਵ ਕੋ ਲੇਕਰ ਫਿਰੋਜ਼ਪੁਰ ਪੁਲਿਸ ਕੀ ਤਰਫ ਸੇ ਜ਼ਿਲ੍ਹਾ ਫਿਰੋਜ਼ਪੁਰ ਮੇ ਜਗ੍ਹਾ ਜਗ੍ਹਾ ਫਲੈਗ ਮਾਰਚ ਨਿਕਾਲੇ ਜਾ ਰਹੇ ਹੈ। ਫਿਰੋਜ਼ਪੁਰ ਕੀ SSP ਸੌਮਿਆ ਮਿਸ਼ਰਾ ਨੇ ਬਤਾਇਆ ਕਿ ਪੰਜਾਬ ਮੇ ਲੋਕ ਸਭਾ ਚੁਣਾਵ ਕੋ ਲੇਕਰ ਪੁਲਿਸ ਦੁਆਰਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਮੇ ਫਲੈਗ ਮਾਰਚ ਨਿਕਾਲੇ ਜਾ ਰਹੇ। ਉਨ੍ਹਾਂ ਨੇ ਬਤਾਇਆ ਕਿ ਇਸ ਸੇ ਪਹਿਲੇ 12 ਫਲੈਗ ਮਾਰਚ ਨਿਕਾਲੇ ਗਏ। ਆਜ ਇਹ ਫਲੈਗ ਮਾਰਚ ਫਿਰੋਜ਼ਪੁਰ ਕੈਂਟ ਔਰ ਸਿਟੀ ਮੇ
निकाला जा रहा है, उन्हें जगह जगह नाकाबंदी भी जारी है ताकि बुरे तत्वों पर नकेल डाली जा सके। उन्होंने कहा कि ये फ्लैग मार्च पुलिस और बीएसएफ फोर्स के साथ निकाला जा रहा है। फिरोजपुर से हलचल के लिए मनजीत सिंह की रिपोर्ट। आगामी लोकसभा चुनाव नु देखते हुए 2024 नु देखते हुए असी बीएसएफ ते एआरपी टीमों दे नाल मिलके असी फ्लैग मार्च कर रहे ने। हुण आप देख ही रहे हो कि एक महीने से इत्थे बीएसएफ मौजूद है, उन्हां दे नाल असी टोटल 12 फ्लैग मार्चेस कर चुके हैं। असी कोशिश कर रहे हैं कि जेड़े भी सब डिविजन से साढ़े भावे वह गुरु हर सहाय हो भावे वह जीरा हो, हर जगह जाके बीएसएफ दे नाल मिलके सीनियर ऑफिसर जीओ लेड असी फ्लैग मार्चेस ते रूट मार्चेस कढ़ रहे हैं। ये एक प्रकार का कॉन्फिडेंस बिल्डिंग मेजर है। असी कोशिश कर रहे हैं कि वही एरिया नहीं जिथे किसी तरह की वनरेबिलिटी या प्रॉब्लम है, पर वो एरियाज भी जिथे वनरेबल साढ़े पोलिंग स्टेशन हैं, जी वनरेबल लोकेशनस हैं, वो एरियाज जो क्राइम प्रोन है, वो एरियाज जो वल्नरेबल है क्राइम नू लेके या किसी भी तरह की स्नैचिंग नू लेके, असी वो सारी जगह कवर कर रहे हैं। आज दी जिहड़ी फ्लैग मार्च है असी वो फिरोजपुर सिटी दे अंदर कर रहे ने। असी फ्लैग मार्च ते रूट मार्च दोनों दे द्वारा कैंट ते सिटी दोनों एरिया नू कवर करांगे जी। जंडियाला गुरु के नजदीक तरना दल की रहनुमाई में चल रही संस्था श्री हरगोविंद पब्लिक स्कूल मलिया में गत रात्रि चोरों ने स्कूल की दीवार फांदकर चोरी की घटना को अंजाम दिया। इस संबंध में जानकारी देते हुए प्रिंसिपल डॉक्टर पीपी सिंह ने बताया कि गत रात्रि चोर स्कूल के पीछे की दीवार फांदकर ग्रिल तोड़कर स्कूल के अंदर लगी LED और लगभग 1.5 लाख रुपए की नकदी चोरी कर फरार हो गए। इसीलिए प्रिंसिपल ने पुलिस प्रशासन से मांग की है कि जल्द से जल्द चोरों को पकड़कर उनका सामान व नकदी वापस दिलाई जाए। ਜੰਡਿਆਲਾ ਗੁਰੂ ਸੇ ਹਲਚਲ ਕੇ ਲਈ ਅਸ਼ਵਨੀ ਸ਼ਰਮਾ ਕੀ ਰਿਪੋਰਟ। ਸੋ ਅੱਜ ਸਾਡਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਚੋਰੀ ਹੋਈ ਹੈ ਜੀ। ਰਾਤੀ ਸਿਕਿਉਰਟੀ ਗਾਰਡ ਦਾ ਫੋਨ ਆਇਆ ਸੀ ਸਵੇਰੇ, ਉਸ ਵਕਤ ਹੀ ਜਦੋਂ PN ਆਉਂਦੀਆਂ ਸਕੂਲ 'ਚ 7 ਵਜੇ, ਉਹਨਾਂ ਨੇ ਬੂਹਾ ਖੋਲਿਆ, ਉਹਨਾਂ ਨੂੰ ਦੇਖਿਆ ਕਿ ਅੰਦਰ ਚੋਰੀ ਹੋਈ ਸੀ। ਬੂਹਾ ਟੁੱਟੇ ਸੀ, ਸਾਰੀ ਅਲਮਾਰੀਆਂ ਖੁੱਲੀਆਂ ਪਈਆਂ ਸੀ ਅਤੇ ਸਾਡੀਆਂ 2 LED ਜਿਹੜੀਆਂ ਸੀ, ਜਿੱਥੋਂ ਸਕੂਲ ਦੇ ਸਾਰੇ ਕੈਮਰੇ ਜਿਹੜੇ ਆ ਉਹ ਮੋਨੀਟਰ ਹੁੰਦੇ ਆ ਸਾਰੇ, ਉੱਥੋਂ ਮਤਲਬ ਅਸੀਂ ਵੇਖੀਦਾ ਕਿੱਥੇ ਕੀ ਚੱਲਦਾ ਪਿਆ। ਉਹ 2 LED ਗੈਪ ਸੀ ਸਾਡੀਆਂ, ਅਤੇ ਉਸ ਤੋਂ ਇਲਾਵਾ ਸਾਡਾ ਇੱਕ ਸੇਫ ਸੀ ਸਾਡੀ ਅਲਮਾਰੀ ਦੇ ਵਿੱਚ, ਉਹ ਵੀ ਪੱਟ ਕੇ ਉਹਨਾਂ ਨੇ ਬਾਹਰ ਸੁੱਟਿਆ ਤੋੜ ਕੇ ਉਹਨੂੰ। ਅਤੇ ਉਹਦੇ ਵਿੱਚ ਵੀ ਸਾਡੀ ਐਡਮਿਸ਼ਨ ਦੇ ਜਿਹੜੇ 1.5 ਲੱਖ ਰੁਪਇਆ ਪਿਆ ਸੀ, ਉਹ ਤਾਂ ਪਿਆ ਸੀ ਕਿ ਬੈਂਕ ਅਖੀਰਲੇ ਦਿਨਾਂ 'ਚ ਬੰਦ ਹੁੰਦੇ ਨੇ, ਸ਼ਨੀ ਐਤਵਾਰ ਵੀ ਛੁੱਟੀ ਸੀ ਉਹਨਾਂ ਨੂੰ। ਸੋ ਥੋੜ੍ਹਾ ਇੰਨਾ ਜਿੰਨਾ ਕੈਸ਼ ਹੁੰਦਾ ਵੈਸੇ ਤਾਂ ਰੱਖਦੇ ਨਹੀਂ ਆ, ਵੈਸੇ ਜਮ੍ਹਾਂ ਕਰਾ ਦਈਦਾ, ਜੇ ਹੋਵੇ ਤਾਂ ਉੱਥੇ ਰੱਖ ਕੇ ਜਾਈਦਾ, ਉਹ ਵੀ ਸਾਡਾ ਗੈਪ ਹੈ ਜੀ। ਸੋ ਬਾਕੀ ਸਾਰੀ ਅਲਮਾਰੀਆਂ ਅਲਮੂਰੀਆਂ ਟੁੱਟੀਆਂ ਹੋਇਆ, ਗ੍ਰਿਲ ਟੁੱਟ ਗਈ ਆ, ਬਾਹਰੋਂ ਉਹਨਾਂ ਨੇ ਪਿੱਛੋਂ ਆਏ ਆ ਆਪਣੀ ਪੌੜੀ ਲੈ ਕੇ ਆਏ ਨੇ, ਜਿਵੇਂ ਜਿਵੇਂ ਕੋਈ ਭੇਤੀ ਹੁੰਦਾ ਵਾ, ਉਹਨਾਂ ਨੇ ਪਹਿਲਾਂ ਜਿਹੜੀ ਫੈਂਸਿੰਗ ਤਾਰ ਲੱਗੀ ਹੈ ਕੰਡਿਆਲੀ ਤਾਰ ਉਹ ਤੋੜੀ ਹੈ, ਉੱਥੋਂ ਟੱਪ ਕੇ ਫਿਰ ਉਹਨਾਂ ਨੇ ਆ ਕੇ ਅੰਦਰ ਗ੍ਰਿਲ ਤੋੜੀ ਆ, ਗ੍ਰਿਲ ਨੂੰ ਤੋੜ ਕੇ ਅਤੇ ਹੋਇਆ ਵਾ ਉਹਦੇ ਵਿੱਚ ਇੱਕ ਹੋਰ ਆ ਕੇ ਇਹ ਲੱਗਦਾ ਕਿ ਬੰਦੇ ਮਤਲਬ ਪੂਰੇ ਟ੍ਰੇਨਡ ਆ ਉਹਨਾਂ ਦਾ, ਇੱਕ ਬੰਦੇ ਦਾ ਜਿਹੜਾ ਅਤੀਤ ਗਾਰਡ ਹੁੰਦਾ ਵਾ ਗਾਰਡ ਵੀ ਉੱਥੇ ਮੌਜੂਦ ਆ, ਉਹਦੇ ਮੂੰਹ 'ਚੋਂ ਗਾਰਡ ਲੱਥਾ, ਉਹ ਨਾਲ ਪੇਕਸ ਵਗੈਰਾ ਉਹਨਾਂ ਦੇ ਆਪਣੇ ਸੀ, ਨਾਲ ਉਹ ਚਾਬੀ ਉਹਦੀ ਇੱਕ ਹੈਗੀ ਹੈ ਜਿੱਥੇ ਸਾਈਕਲ ਦੀ ਕੋਈ ਚਾਬੀ ਲੱਗਦੀ ਆ, ਸ਼ਾਇਦ ਉਹਦੇ ਨਾਲ ਦੀ ਕੋਈ ਚਾਬੀ ਵੀ ਉਹਨਾਂ ਦੀ ਪਈ ਉੱਥੇ। ਸੋ ਇਹ ਵਾਰਦਾਤ ਹੋਈ ਹੈ। 2 LED ਨੇ, ਵੱਡੀਆਂ LED ਸੀ, ਮਤਲਬ ਦੋਵੇਂ ਕੰਪਨੀਆਂ ਸੀ, 45-50 ਹਜ਼ਾਰ ਦੀਆਂ LEDਾਂ ਹੋਣਗੀਆਂ, ਬਾਕੀ ਕੈਸ਼ ਹੈ ਜੀ। ਮਤਲਬ ਬਾਕੀ ਜਿਹੜੇ ਲੋਕ ਟੁੱਟ ਗਏ ਨੇ, ਬੂਹੇ ਹਿੱਲ ਗਏ ਨੇ ਜਾਂ ਗ੍ਰਿਲਾਂ ਲਾ ਲਓ, ਮਤਲਬ 2.5 ਲੱਖ ਰੁਪਏ ਦੇ ਕੋਲ ਨੁਕਸਾਨ ਹੋ ਹੀ ਗਿਆ ਜੀ। ਹਾਂਜੀ, ਸਕਿਉਰਟੀ ਹੈਗੀ ਆ ਜੀ ਸਾਡੀ, ਉਹ ਕਹਿੰਦਾ ਮੈਂ ਚੱਕਰ ਲਾ ਕੇ ਗਿਆ ਸੀ, ਸਕਿਉਰਟੀ ਗਾਰਡ ਬਾਹਰ ਸੀ, ਕਹਿੰਦਾ ਮੈਨੂੰ ਇਸ ਚੀਜ਼ ਬਾਰੇ ਪਤਾ ਨਹੀਂ ਆ। ਜਦੋਂ ਕੈਮਰੇ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਸਿਰਫ ਮੋਬਾਈਲ ਦੀਆਂ ਉਹ ਆਪਣੀ ਬੈਟਰੀ ਜਗਾ ਰਹੇ ਨੇ, ਹੋਰ ਉਹਨਾਂ ਫੇਸ ਵਗੈਰਾ ਹਨੇਰਾ ਹੀ ਆ, ਬਾਕੀ ਉਹ ਕਵਰ ਨਹੀਂ ਹੋ ਰਿਹਾ। ਵੇਖਿਆ 5:25 ਦੇ ਕੋਲ ਕੋਲ ਟਾਈਮ ਜਿਹੜਾ ਵਾ ਉਹ ਸ਼ੁਰੂ ਹੁੰਦਾ ਜੀ, 5:15 ਦੇ ਕੋਲ ਕੋਲ। ਹਾਂਜੀ, ਸਵੇਰੇ ਜਦੋਂ ਪਤਾ ਲੱਗਾ ਕਿ SHO ਸਾਹਿਬ ਨੂੰ ਫੋਨ ਕੀਤਾ ਮੈਂ, ਜੰਡਿਆਲੇ ਦੇ ਜਿਹੜੇ SHO ਸਾਹਿਬ ਨੇ ਉਹ ਦੱਸਦੇ ਕਿ ਇੱਥੇ ਕੋਈ ਕਹਿੰਦੇ ਮੰਡਾਲੇ ਲਾਗੇ
ਫਾਇਰਿੰਗ ਹੋਈ ਆ, ਕੋਈ ਬੰਦਿਆਂ ਨੂੰ ਮਾਰ ਕੇ ਨਹੀਂ ਉੱਧਰ ਹੈਗੇ ਹਾਂ, ਅਤੇ ਉਹਨਾਂ ਨੇ ਕੋਈ ਬੰਦਾ ਭੇਜਿਆ ਨਹੀਂ। ਫਿਰ ਮੈਂ 2-3 ਘੰਟਿਆਂ ਬਾਅਦ ਫੋਨ ਕੀਤਾ ਉਹਨਾਂ ਨੂੰ, ਉਹ ਕਹਿੰਦੇ ਹੁਣ ਅਸੀਂ ਅਮਨ ਦੀ ਹਸਪਤਾਲ ਹਾਂ, ਬੱਚੇ ਉਹਦੀ ਡੈਥ ਹੋ ਚੁੱਕੀ ਆ। ਸੋ ਪ੍ਰਸ਼ਾਸਨ ਪੁਲਿਸ ਵੱਲੋਂ ਕੋਈ ਵੀ ਮੌਕੇ 'ਤੇ ਨਹੀਂ ਆਇਆ, ਉਹਨਾਂ ਕਿਸੇ ਨੇ ਨਹੀਂ ਵੇਖਿਆ। ਮੈਂ ਮੰਗ ਇਹੋ ਹੀ ਕਰਦਾ ਜੀ, ਮਤਲਬ ਜਿਹੜਾ ਤੁਹਾਨੂੰ ਲੱਗਦਾ ਕਿ ਬਾਲੀਆ ਪਿੰਡ, ਸਾਡਾ ਮਲੀਆ ਪਿੰਡ ਬਹੁਤ ਨਸ਼ਾ ਇੱਥੇ, ਇਹਨੂੰ ਠੱਲ ਪਾਈ ਜਾਵੇ। ਜਦੋਂ ਠੱਲ ਪਾਵਾਂਗੇ ਤਾਂ ਹੋ ਸਕਦਾ ਕਿ ਚੋਰੀ ਜਿਹੜੀ ਆ ਉਹ ਘੱਟ ਜਾਵੇ। ਵੇਖੋ ਵਿੱਦਿਆ ਦਾ ਮੰਦਰ ਆ ਇੱਥੇ, ਅਤੇ ਸਾਰਾ ਕੰਮ ਹੀ ਸਾਫ਼ ਸੁਥਰਾ, ਅਤੇ ਗੁਰੂ ਸਾਹਿਬ ਨਾਲ ਰਿਲੇਟਡ ਸਕੂਲ ਆ ਨਾਲੇ। ਸੋ ਮਾੜੀ ਮੰਦਭਾਗੀ ਗੱਲ ਆ ਪਿੰਡ ਵਾਸਤੇ ਵੀ ਅਤੇ ਸਾਰਿਆਂ ਵਾਸਤੇ ਵੀ। ਸੰਯੁਕਤ ਕਿਸਾਨ ਮੋਰਚਾ ਕੀ ਔਰ ਸੇ ਜ਼ੀਰਾ ਕੇ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਮੇਂ ਇੱਕ ਮੀਟਿੰਗ ਕਾ ਆਯੋਜਨ ਕੀਆ ਗਿਆ। ਇਸ ਮੌਕੇ ਪਰ ਜ਼ੀਰਾ ਸੇ ਵਿਧਾਇਕ ਨਰੇਸ਼ ਕਟਾਰੀਆ ਔਰ ਜ਼ਿਲ੍ਹਾ ਯੋਜਨਾ ਬੋਰਡ ਕੇ ਚੇਅਰਮੈਨ ਚੰਦ ਸਿੰਘ ਗਿੱਲ ਕੋ ਇੱਕ ਮੰਗ ਪੱਤਰ ਸੌਂਪਾ ਗਿਆ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਕਿਸਾਨ ਨੇਤਾ ਨੇ ਬਤਾਇਆ ਕਿ ਕਿਸਾਨ ਯੂਨੀਅਨ ਲੱਖੋਵਾਲ ਕੇ ਉਪਰਧਾਨ ਪਰ ਗਤ ਦਿਨੋਂ ਇੱਕ ਝੂਠਾ ਪਰਚਾ ਦਰਜ ਕੀਆ ਗਿਆ ਥਾ, ਜੋ ਇੱਕ ਸੰਯੁਕਤ ਕਿਸਾਨ ਮੋਰਚਾ ਕੇ ਸੰਘਰਸ਼ ਕੇ ਬਾਅਦ ਰੱਦ ਕਰ ਦਿਆ ਗਿਆ ਥਾ। ਇਸ ਦੌਰਾਨ ਇਲਾਕਾ ਵਿਧਾਇਕ ਨਰੇਸ਼ ਕਟਾਰੀਆ ਕੀ ਔਰ ਸੇ ਯੇ ਵਾਦਾ ਕੀਆ ਗਿਆ ਥਾ ਕਿ ਅਗਰ ਇਹ ਪਰਚਾ ਝੂਠਾ ਸਾਬਿਤ ਹੋਤਾ ਹੈ ਤੋ ਪਰਚਾ ਦਰਜ ਕਰਵਾਨੇ ਕੇ ਬਾਅਦ ਬਣਤੀ ਕਾਰਵਾਈ ਕੀ ਜਾਏਗੀ, ਜੋ ਕਿ ਕਾਫੀ ਸਮੇਂ ਬੀਤ ਜਾਣੇ ਕੇ ਬਾਅਦ ਵੀ ਇਹ ਕਾਰਵਾਈ ਨਹੀਂ ਕੀ ਗਈ, ਜਿਸਕੇ ਚਲਤੇ ਸੰਯੁਕਤ ਕਿਸਾਨ ਮੋਰਚਾ ਕੀ ਔਰ ਸੇ ਇਹ ਮੀਟਿੰਗ ਕਰ ਇਲਾਕਾ ਵਿਧਾਇਕ ਕੋ ਅਲਟੀਮੇਟਮ ਦਿਆ ਗਿਆ ਕਿ ਅਗਰ ਜਲਦ ਹੀ ਉਕਤ ਲੋਗੋ ਕੇ ਖਿਲਾਫ਼ ਕਾਰਵਾਈ ਨਹੀਂ ਕੀ ਗਈ ਤੋ 10 ਅਪ੍ਰੈਲ ਕੋ ਇਲਾਕਾ ਵਿਧਾਇਕ ਕੇ ਕਾਰਿਆਲੇ ਕਾ ਘਿਰਾਵ ਕੀਆ ਜਾਏਗਾ। ਤੋ ਵਹੀਂ ਇਲਾਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕੀ ਔਰ ਸੇ ਉਹਨੇ ਇਸ ਮੀਟਿੰਗ ਮੇਂ ਬੁਲਾਇਆ ਗਿਆ ਥਾ ਔਰ ਉਹਨੇ ਇੱਕ ਮੰਗ ਪੱਤਰ ਦਿਆ ਗਿਆ ਹੈ ਜਿਸ ਪਰ ਵਹਿ ਪੂਰੀ ਤਰ੍ਹਾਂ ਸੇ ਜਾਂਚ ਪੜਤਾਲ ਕਰੇਂਗੇ ਔਰ ਇਸ ਮਾਮਲੇ ਮੇਂ ਆਰੋਪੀ ਲੋਗੋ ਕੇ ਖਿਲਾਫ਼ ਬਣਤੀ ਕਾਰਵਾਈ ਕੀ ਜਾਏਗੀ। ਜ਼ੀਰਾ ਸੇ ਹਲਚਲ ਕੇ ਲਈ ਸਤੀਸ਼ ਵਿਜ ਕੀ ਰਿਪੋਰਟ। ਇਸ ਤਰ੍ਹਾਂ ਸੀਗਾ ਵੀ ਇਹ ਮੇਰਾ ਖਿਆਲ 11ਵੇਂ ਮਹੀਨੇ ਪਿਛਲੇ ਸਾਲ ਦੇ ਅਲੀਪੁਰ ਲੜਾਈ ਹੋਈ ਸੀ, ਉਸ ਸੰਬੰਧ ਵਿੱਚ ਉੱਥੇ ਇਹਨਾਂ ਨੇ ਧਰਨਾ ਲਗਾਇਆ ਸੀਗਾ ਅਤੇ ਧਰਨਾ ਲਾਉਣ ਤੋਂ ਬਾਅਦ ਮੈਨੂੰ ਉਸ ਤੋਂ ਪਹਿਲਾਂ ਕੋਈ ਨਹੀਂ ਪਤਾ, ਨਾ ਮੈਂ ਕਰਵਾਇਆ, ਇਹਨਾਂ ਨੂੰ ਦੱਸਿਆ ਵੀ ਸੀਗਾ। ਚਲੋ ਕਹਿੰਦੇ ਨਹੀਂ ਸੀ, ਹੁਣ ਗਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਉਹਨੇ ਇਹੋ ਜਿਹੀ ਉਂਗਲ ਆਪ ਵੱਢੀ ਆ। ਮੈਂ ਕਿਹਾ ਵੀ ਮੈਨੂੰ ਤਸੱਲੀ ਕਰ ਲੈਂਦੇ ਹੋ, ਅਖੀਰ ਮੁੜ ਕੇ ਬਾਬਾ ਜੀ ਦੇ ਵਿੱਚ ਪੈ ਕੇ ਨਿਬੇੜ ਦਿੱਤਾ ਸੀ ਆਪਣੇ ਸ਼੍ਰੀ ਸਾਹਿਬ ਵਾਲੇ। ਉਹਦੇ ਵਿੱਚ ਇਹ ਗੱਲ ਕਹੀ ਸੀ ਵੀ ਜੇਕਰ ਇਹ ਪਰਚਾ ਨਾ ਕੈਂਸਲ ਕਰੂਗਾ ਤੇ ਇਹਨਾਂ ਦੇ 26 ਦੂਜਾ ਉਲਟਾ 82 ਲਵਾਵਾਂਗੇ। ਇਹ ਹੁਣ ਕਹਿੰਦੇ ਆ ਵੀ ਉਹਨਾਂ ਨੇ ਪਰਚਾ ਤਾਂ ਉਦੋਂ ਕੈਂਸਲ ਹੋ ਗਿਆ, ਮੈਂ ਕਹਿ ਦਿੱਤਾ ਤੇ ਹੋ ਗਿਆ। ਇਹ ਕਹਿੰਦੇ ਆ ਜੀ ਉਹਨਾਂ ਨੇ ਹੁਣ ਸਗਾਸਾ ਪਾਤਾ। ਸਗਾਸੇ ਦਾ ਵੇਖੋ ਮੈਨੂੰ ਨਹੀਂ ਪਤਾ, ਨਾ ਕੋਈ ਮੈਂ ਉਹਨਾਂ ਨੂੰ ਪੁੱਛਿਆ ਨਾ ਸਾਨੂੰ ਪੁੱਛ ਕੇ ਪਾਇਆ ਉਹਨਾਂ ਨੇ, ਤੇ ਇਹ ਇਸ ਸੰਬੰਧੀ ਸੱਦਿਆ ਵੀ ਜੇ ਜਾਂ ਤਾਂ ਉਹਨਾਂ ਨੂੰ ਕਹੋ ਸਗਾਸਾ ਵਾਪਸ ਲੈਣ ਤੇ ਨਹੀਂ ਤੇ ਫਿਰ ਅਸੀਂ ਉਲਟਾ ਉਹਨਾਂ 'ਤੇ 82 ਲਵਾਵਾਂਗੇ। ਉਸ ਸੰਬੰਧ 'ਚ ਮੈਨੂੰ ਸੱਦਿਆ ਇਹਨਾਂ ਨੇ ਵੀ ਉਹਨਾਂ ਨੂੰ ਕਹਿ ਦਿਓ। ਮੈਂ ਕਿਹਾ ਚਲੋ ਮੈਨੂੰ ਪਤਾ ਨਹੀਂ, ਮੈਂ ਇਸ ਗੱਲ ਦੀ ਸਹੁੰ ਦੇ ਦਿੰਦਾ ਜੇ ਮੈਨੂੰ ਪਤਾ ਹੋਵੇ। ਹੁਣ ਤੁਸੀਂ ਕਿਹਾ ਵਾ, ਮੈਂ ਜਾ ਕੇ ਪੁੱਛ ਲੈਣਾ ਉਹਨਾਂ ਨੂੰ ਵੀ ਕਿਉਂ ਤੁਸੀਂ ਇਹ ਕੰਮ ਕੀਤਾ। ਕਿਸਾਨ ਮੋਰਚੇ ਚੈਪਟਰ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਅਤੇ ਸੰਯੁਕਤ ਮੋਰਚੇ ਦੀ ਇੱਕ ਮੀਟਿੰਗ ਕੀਤੀ ਗਈ ਸੀ। ਬੀਕੇ ਜੂ ਲੱਖੋਵਾਲ ਦੇ ਮੀਤ ਪ੍ਰਧਾਨ ਪੰਜਾਬ 'ਤੇ ਕੁਝ ਪਿਛਲੇ ਦਿਨਾਂ ਵਿੱਚ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ ਪ੍ਰਸ਼ਾਸਨ ਅਤੇ MLA ਨੇ ਵਾਅਦਾ ਕੀਤਾ ਸੀ ਕਿ ਉਹ ਮੁਕੱਦਮਾ ਖਾਰਜ ਕਰਕੇ ਔਰ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਨੂੰ ਅਮਲ ਵਿੱਚ ਨਹੀਂ ਲਿਆਂਦਾ। ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦੁਬਾਰਾ ਮੀਟਿੰਗ ਕਰਕੇ MLA ਨੂੰ ਮੰਗ ਪੱਤਰ ਦਿੱਤਾ ਹੈ ਕਿ ਜੇ ਤੁਸੀਂ ਉਹਨਾਂ ਝੂਠੇ ਬੰਦਿਆਂ 'ਤੇ ਕਾਰਵਾਈ ਨਹੀਂ ਕਰਦੇ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਮੇਤ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ 10 ਅਪ੍ਰੈਲ ਨੂੰ ਇਹਨਾਂ ਦੇ ਦਫ਼ਤਰ ਦਾ ਘਿਰਾਓ ਕਰਨਗੀਆਂ। ਇਸ ਕਰਕੇ ਅੱਜ MLA ਜ਼ੀਰਾ ਨੂੰ ਮੰਗ ਪੱਤਰ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਜ਼ੀਰਾ ਦੇ ਸਿੰਘ ਸਭਾ ਗੁਰਦੁਆਰੇ ਵਿਖੇ ਮੀਟਿੰਗ ਸੱਦੀ ਗਈ, ਕਿਉਂਕਿ ਪਿਛਲੇ ਸਮੇਂ ਦੌਰਾਨ ਹਰਦਿਆਲ ਸਿੰਘ ਸਰਪੰਚ, ਸਾਬਕਾ ਸਰਪੰਚ ਅਲੀਪੁਰ 'ਤੇ ਇੱਕ ਝੂਠਾ ਮੁਕੱਦਮਾ ਦਰਜ ਹੋਇਆ ਸੀਗਾ। ਉਸ ਦੇ ਇਵਜ਼ ਦੇ ਵਿੱਚ
ਨਰੇਸ਼ ਕਟਾਰੀਆ ਐਮ ਐਲ ਏ ਦੇ ਬਾਰ ਮੂਹਰੇ ਧਰਨਾ ਦਿੱਤਾ ਗਿਆ ਔਰ ਪ੍ਰਸ਼ਾਸਨ ਨੇ ਉਸ ਧਰਨੇ ਤੋਂ ਸਮਾਪਤ ਹੋਣ ਤੋਂ ਬਾਅਦ ਇੱਕ ਵਿਸ਼ਵਾਸ ਦਵਾਇਆ ਸੀ ਕਿ ਜੇ ਇਹ ਮੁਕੱਦਮਾ ਝੂਠਾ ਦਰਜ ਹੋਇਆ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਜਿਹੜਾ 182 ਦਾ ਕਲੰਦਰੇ ਭਰ ਕੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਊਗੀ। ਪਰ ਅਜੇ ਤੱਕ ਪ੍ਰਸ਼ਾਸਨ ਨੇ ਉਹਨਾਂ ਵਿਰੁੱਧ ਕੋਈ ਵੀ ਇਹੋ ਜਿਹੀ ਕਾਰਵਾਈ ਨਹੀਂ ਕੀਤੀ, ਸਗੋਂ ਜਿਹਨਾਂ ਜਿਹੜਾ ਮੁਕੱਦਮਾ ਉਹ ਕੈਂਸਲ ਹੋ ਗਿਆ ਸੀ ਔਰ ਜਿਹਨਾਂ ਨੇ ਮੁਕੱਦਮਾ ਦਰਜ ਕਰਵਾਇਆ ਸੀ ਉਹਨਾਂ ਨੇ ਇਹ ਇਸਤਗਾਸਾ ਜਿਹੜਾ ਕੋਰਟ ਦੇ ਵਿੱਚ ਦਾਇਰ ਕਰ ਦਿੱਤਾ। ਪਰ ਅੱਜ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਇੱਕ ਸੁਨੇਹਾ ਦੇਣ ਦੀ ਐਮ ਐਲ ਏ ਨੂੰ, ਹਲਕੇ ਦੇ ਐਮ ਐਲ ਏ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜੇ 10 ਅਪ੍ਰੈਲ ਤੀਕਰ ਜਿਹੜਾ ਨਾ ਉਹ ਉਹਨਾਂ ਦੇ ਉੱਪਰ ਝੂਠਾ ਜਿਹੜਾ ਉਹਨਾਂ ਨੂੰ ਮੁਕੱਦਮਾ ਦਰਜ ਕਰਾਇਆ ਸੀ ਉਹਨਾਂ ਉੱਪਰ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ 10 ਅਪ੍ਰੈਲ ਨੂੰ ਇੱਕ ਵਿਸ਼ਾਲ ਧਰਨਾ ਜਿਹੜਾ ਹਲਕੇ ਦੇ ਐਮ ਐਲ ਏ ਦੇ। लोक सभा चुनावों को लेकर अमृतसर के देहात क्षेत्र अजनाला में पंजाब पुलिस और पैरामिलिट्री फोर्स की ओर से फ्लैग मार्च निकाला गया। ये फ्लैग मार्च एसपीडी एचएस गिल की अगुवाई में निकाला गया। इस मौके पर एसपीडी एचएस गिल ने कहा कि लोकसभा चुनावों के मद्देनजर ये फ्लैग मार्च निकाला गया। अमृतसर देहात क्षेत्र में अलग अलग जगहों पर स्पेशल नाकाबंदी भी की गई है और हर आने जाने वाले की विशेष तौर पर चेकिंग की जा रही है। उन्होंने कहा कि जिन असला धारकों ने अभी तक अपना असला नहीं जमा करवाया वह जल्द से जल्द अपना असला जमा करवाए। तो वहीं उन्होंने शरारती तत्वों को चेतावनी देते हुए कहा कि अगर किसी भी शरारती तत्व द्वारा किसी भी तरह की शरारत कर माहौल खराब करने की कोशिश की गई तो उसके विरुद्ध सख्त कार्रवाई की जाएगी। अमृतसर से हलचल के लिए सुनील खोसला की रिपोर्ट। जिदा कि आप जानते हो कि लोकसभा चुनाव 2024 अनाउंस हो चुकिया ने, मॉडल कोड ऑफ कंडक्ट जो लग चुका है ਔਰ ਇਸ ਸੰਬੰਧ ਦੇ ਵਿੱਚ ਅੱਜ ਅਸੀਂ ਅਜਨਾਲੇ ਥਾਣੇ ਦੇ ਵਿੱਚ ਔਰ ਅਜਨਾਲੇ ਕਸਬੇ ਦੇ ਵਿੱਚ ਜਿਹੜਾ ਹੈਗਾ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਔਰ ਇਹ ਫਲੈਗ ਮਾਰਚ ਦਾ ਜਿਹੜਾ ਇਹ ਸੰਦੇਸ਼ ਹੈਗਾ ਕਰਕੇ ਵੀ ਕੋਈ ਵੀ ਮਾੜਾ ਅੰਸਰ ਜਿਹੜਾ ਹੈਗਾ ਉਹ ਜਿਹੜਾ ਗੈਰ ਕਾਨੂੰਨੀ ਕੰਮ ਕਰਦਾ ਹੈਗਾ ਉਹਨੂੰ ਵੀ ਸਾਡੇ ਵੱਲੋਂ ਚੇਤਾਵਨੀ ਹੈਗੀ ਕਿ ਬਿਲਕੁਲ ਇੱਥੇ ਪੀਸ ਐਂਡ ਹਾਰਮੋਨੀ ਬਣਾ ਕੇ ਰੱਖੀ ਜਾਊਗੀ ਔਰ ਕਿਸੇ ਕਿਸਮ ਦੀ ਨਿਊਸੈਂਸ ਜਿਹੜੀ ਆ ਉਹ ਨਹੀਂ ਟੋਲਰੇਟ ਕੀਤੀ ਜਾਊਗੀ। ਪੰਜਾਬੀ ਖੇਤਰ ਅੰਦਰ ਕਿਸ ਤਰੀਕੇ ਦੇ ਨਾਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ, ਕਿੰਨੀ ਜਗ੍ਹਾ ਦੇ ਉੱਤੇ ਨਾਕਾਬੰਦੀ ਕੀਤੀ ਹੈ, ਪੈਰਾਮਿਲਟਰੀ ਫੋਰਸ ਕਿੰਨੀ ਤਾਇਨਾਤ? ਇਹ ਸਾਡੇ BSF ਦੀ ਸਾਡੇ ਕੋਲ ਕੰਪਨੀ ਇੱਕ ਇੱਥੇ ਹੈਗੀ ਹੈ ਜੀ ਔਰ ਉਹਦੇ ਸਾਡੇ ਕੋਲ 85 ਜਿਹੜੇ ਜਵਾਨ ਸਾਡੇ ਕੋਲ ਔਨ ਡਿਊਟੀ ਹੈਗੇ ਆ ਔਰ ਉਹਨਾਂ 'ਚੋਂ 6 ਨਾਕੇ ਜਿਹੜੇ ਅਸੀਂ ਲਾਏ ਜਾਂਦੇ ਆ ਦਿਹਾਤੀ ਅਤੇ ਅਜਨਾਲੇ ਕਸਬੇ ਦੇ ਵਿੱਚ ਮਿਲਾ ਕੇ ਔਰ ਇਹਤੋਂ ਇਲਾਵਾ ਇੱਕ ਕਾਸੋ ਓਪਰੇਸ਼ਨ ਜਿਹੜਾ ਹੈਗਾ ਸਾਡਾ ਡੇ ਬਾਈ ਡੇ ਚੱਲਦਾ ਹੈਗਾ ਜਿਹਦੇ ਤਹਿਤ ਜਿਹੜਾ ਨਜਾਇਜ਼ ਸ਼ਰਾਬ ਹੀਰੋਇਨ ਜਾਂ ਕੋਈ ਹੋਰ ਇਲੀਗਲ ਕੰਮ ਜਿਹੜਾ ਕਰਦੇ ਹੈਗੇ ਆ ਉਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਅਸੀਂ ਕਾਸੋ ਓਪਰੇਸ਼ਨ ਜਿਹੜੀ ਆ ਡੇ ਬਾਈ ਡੇ ਅਸੀਂ ਚਲਾਉਂਦੇ ਹੈਗੇ ਹਾਂ ਜਿਹਦੇ ਸਾਨੂੰ ਕਾਫੀ ਰਿਕਵਰੀ ਜਿਹੜੀ ਹੋ ਰਹੀ ਹੈਗੀ ਆ ਔਰ ਲੋਕਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਆ। ਸਰਕਾਰੀ ਹਥਿਆਰ ਵੀ ਜਮ੍ਹਾਂ ਹੋਣ ਵਾਲੇ ਆ ਲੋਕਾਂ ਜਿਨ੍ਹਾਂ ਨੇ ਨਹੀਂ ਕਰਵਾਏ ਉਹਨਾਂ ਨੂੰ ਕਿਸ ਤਰੀਕੇ ਨਾਲ ਅਪੀਲ ਕਰੋਗੇ ਜਿਹੜੇ ਨਹੀਂ ਕਰਵਾਉਂਦੇ ਉਹਨਾਂ ਦੇ ਕਿਹੜੀ ਕਾਰਵਾਈ? ਮੈਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਜਿਹੜੇ ਅਸਲਾ ਧਾਰਕ ਹੈਗੇ ਆ ਵੀ ਆਪਣਾ ਅਸਲਾ ਲਾਈਸੈਂਸ ਜਿਹੜਾ ਧਾਰਕ ਹੈਗੇ ਆ ਵੀ ਆਪਣਾ ਅਸਲਾ ਜਮ੍ਹਾਂ ਕਰਾਓ। ਜੇ ਤੁਸੀਂ ਤੁਹਾਨੂੰ 3 ਵਾਰੀ ਪੁਲਿਸ ਵੱਲੋਂ ਨੋਟ ਕਰਾਉਣ ਦੇ ਉੱਤੇ ਜੇ ਤੁਸੀਂ ਅਸਲਾ ਜਮ੍ਹਾਂ ਨਹੀਂ ਕਰਾਉਂਦੇ ਤਾਂ ਤੁਹਾਡਾ ਜਿਹੜਾ ਅਸਲਾ ਲਾਈਸੈਂਸ ਹੈਗਾ ਉਹ ਕੈਂਸਲ ਕੀਤਾ ਜਾਊ। ਸ਼ਰਾਰਤੀ ਅਨਸਰਾਂ ਨੂੰ ਬਿਲਕੁਲ ਤਾੜਨਾ ਜੀ, ਕਿਸੇ ਨੂੰ ਵੀ ਕਿਸੇ ਕਿਸਮ ਕਾਨੂੰਨ ਨੂੰ ਹੱਥ 'ਚ ਨਹੀਂ ਲੈਣ ਦਿੱਤਾ ਜਾਊਗਾ। ਜਿਹੜਾ ਬੰਦਾ ਇਹ ਕੰਮ ਕਰੂਗਾ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਤੇ ਉਹ ਬਿਆਨ ਦੀ ਬਾਹਰ ਜਾਊਗਾ। ਲੋਕ ਸਭਾ ਚੁਣਾਵਾਂ ਕੋ ਲੇਕਰ ਪੁਲਿਸ ਵ ਸਿਵਲ ਪ੍ਰਸ਼ਾਸਨ ਲਗਾਤਾਰ ਸ਼ਹਿਰ ਮੇਂ ਫਲੈਗ ਮਾਰਚ ਨਿਕਾਲ ਰਹੀ ਹੈ। ਵਹੀਂ ਰਵੀਵਾਰ ਕੋ ਸ਼ਾਮ ਕੋ
ACP Central व STM-1 जय इंदर सिंह ने भगवान वाल्मीकि चौक से लेकर पटेल चौक तक फ्लैग मार्च निकाला। इस दौरान CRPF की टीम भी मौजूद रही। ACP सेंट्रल निर्मल सिंह ने बताया कि चुनावों को लेकर लोगों के दिलों में सुरक्षा की भावना पैदा करने के लिए एसडीएम के साथ मिलकर फ्लैग मार्च निकाला जा रहा है, जिसका मकसद है कि लोगों में विश्वास जगाया जा सके और लोग अपनी मर्जी से बिना डरे वोट डालें। तो वहीं शरारती अंसरों में भी डर का माहौल बना रहे ताकि कोई अप्रिय घटना ना घट सके। ਅਸੀਂ ਅੱਜ ਫਲੈਗ ਮਾਰਚ ਕਰਨ ਜਾ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਆਵੇ ਅਤੇ ਲੋਕਾਂ ਦੇ ਵਿੱਚ ਮੈਸੇਜ ਆਵੇ ਕਿ ਜਿਹੜੀ ਵੋਟਿੰਗ ਹੋਣੀ ਹੈ ਬੜੇ ਫੇਅਰ ਹੈ, ਕਲੀਅਰ ਪਰਪਸ ਨਾਲ ਹੋਣੀ ਹੈ। ਅਤੇ ਸਾਰਿਆਂ ਨੂੰ ਮੇਰੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿੱਚ ਜ਼ਰੂਰ ਭਾਗ ਲੈਣ, ਆਪਣੀਆਂ ਵੋਟਾਂ ਜ਼ਰੂਰ ਕਾਸਟ ਕਰਨ ਵਿਦਆਊਟ ਐਨੀ ਫੇਅਰ। ਬਿਲਕੁਲ ਤੁਸੀਂ ਆਪਣੇ ਮਨ ਦੇ ਮਨ ਕੇ ਵੋਟ ਪਾ ਦਿਓ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਦੇ ਸੰਬੰਧ ਕਰਕੇ ਇਹ ਜਿਹੜਾ ਫਲੈਗ ਮਾਰਚ ਹੈ ਪੈਰਾਮਿਲਟਰੀ ਫੋਰਸ ਦੇ ਨਾਲ ਜਿਹੜਾ ਹੈਗਾ SDM ਸਾਹਿਬ 1 ਜਿਹੜੇ ਕਿ ਇਸ ਕੰਸਟੀਚੁਐਂਸੀ ਦੇ ਟਰਨਿੰਗ ਆਫਿਸਰ ਹੈਗੇ ਨੇ, ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਪੈਰਾਮਿਲਟਰੀ ਫੋਰਸ ਦੇ ਨਾਲ ਪਲੱਸ ਸਾਡੀ ਲੋਕਲ ਫੋਰਸ ਦੇ ਨਾਲ ਇਹ ਜਿਹੜਾ ਅਸੀਂ ਇੱਥੇ ਫਲੈਗ ਮਾਰਚ ਜੋਤੀ ਚੌਂਕ 'ਤੇ ਸ਼ੁਰੂ ਕੀਤਾ ਹੈਗਾ। ਇਹ ਜੋਤੀ ਚੌਂਕ 'ਤੇ ਹੁੰਦਾ ਹੋਇਆ ਅੱਗੇ ਬਸਤੀ ਅੱਡਾ ਚੌਂਕ, ਜੇਲ੍ਹ ਚੌਂਕ, ਪਟੇਲ ਚੌਂਕ ਔਰ ਵਰਕਸ਼ਾਪ ਚੌਂਕ ਤੱਕ ਜਿਹੜਾ ਹੈਗਾ ਅਸੀਂ ਇਹ ਫਲੈਗ ਮਾਰਚ ਕਰਾਂਗੇ। ਤਾਂ ਇਹਦਾ ਮੇਨ ਮਕਸਦ ਸਿਰਫ ਇਹੀ ਆ ਕਿ ਆਮ ਜਨਤਾ ਅਤੇ ਆਮ ਵੋਟਰ ਉਹਦੇ ਮਾਇੰਡ ਦੇ ਵਿੱਚ ਇਹ ਗੱਲ ਕਰ ਕਰ ਜਾਵੇ ਕਿ ਉਹ ਸਿਕਿਓਰ ਹੈਗਾ ਵਾ ਆਪਣੀ ਆਜ਼ਾਦੀ ਦੇ ਨਾਲ, ਆਪਣੀ ਮਨਮਰਜ਼ੀ ਦੇ ਨਾਲ ਉਹ ਆਪਣੀ ਵੋਟ ਜਿਹੜੀ ਹੈਗੀ ਆ ਕਾਸਟ ਕਰ ਸਕਦਾ। ਇਸ ਫਲੈਗ ਮਾਰਚ ਦਾ ਜਿਹੜਾ ਮੇਨ ਮਕਸਦ ਸਿਰਫ ਇਹੀ ਹੈ। ਦੂਸਰਾ ਹੈਗਾ ਕਿ ਕੋਈ ਜਿਹੜੇ ਮਾੜੇ ਅਨਸਰ ਹੈਗੇ ਨੇ, ਜਿਹੜੇ ਕਿ ਕ੍ਰਿਮੀਨਲ ਹੈਗੇ ਨੇ, ਕਿ ਉਹ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ, ਉਹਨਾਂ ਦੇ ਉੱਤੇ ਇੱਕ ਆਪਣਾ ਪ੍ਰਭਾਵ ਬਣਾਉਣ ਲਈ ਜਿਹੜਾ ਹੈਗਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ। ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਲੰਮਾ ਪਿੰਡ ਚੌਂਕ ਜਲੰਧਰ ਮੇ ਸੰਪੂਰਨ ਫਲਦਾਈ ਮਾਸਿਕ ਹਵਨ ਯੱਗ ਕਾ ਆਯੋਜਨ ਕੀਆ ਗਿਆ। ਸਰਵ ਪ੍ਰਥਮ ਆਏ ਹੋਏ ਭਕਤ ਜਨੋ ਸੇ ਵਿਧਿਵਤ ਢੰਗ ਸੇ ਪੂਜਨ ਕਰਵਾ ਕਰ ਹਵਨ ਯੱਗ ਮੇ ਆਹੂਤੀਆਂ ਜਲਵਾਈ ਗਈ। ਇਸ ਅਵਸਰ ਪਰ ਸਿੱਧ ਮਾਂ ਬਗਲਾ ਮੁਖੀ ਧਾਮ ਕੇ ਪ੍ਰੇਰਕ ਪ੍ਰਵਕਤਾ ਨਵਜੀਤ ਭਾਰਦਵਾਜ ਨੇ ਮਧੁਰ ਭਜਨੋ ਕਾ ਗੁਣਗਾਨ ਕੀਆ ਔਰ ਬਤਾਇਆ ਕਿ ਜੋ ਨਿੱਤ ਧਿਆਨ ਕਰਤੇ ਹੈ, ਮਾਲਾ ਕਰਤੇ ਹੈ, ਵੋ ਹੀ ਭਗਵਾਨ ਕੇ ਕਰੀਬ ਹੋ ਸਕਤੇ ਹੈ। ਜਿਸ ਪ੍ਰਕਾਰ ਸ਼ਸ਼ੀ ਕੇ ਬਿਨਾ ਬਾਰਿਸ਼ ਸੂਨੀ ਹੈ, ਠੀਕ ਉਸੀ ਪ੍ਰਕਾਰ ਹਰਦਯ ਮੇ ਮਾਨਵਤਾ ਕਾ ਗਿਆਨ ਹੋਣਾ ਆਵਸ਼ਕ ਹੈ, ਵਰਨਾ ਅੱਛੇ ਗਿਆਨ ਕੇ ਬਿਨਾ ਆਪਕਾ ਹਰਦਯ ਸੂਨਾ ਹੈ। ਇਸ ਅਵਸਰ ਪਰ ਸ਼੍ਰੀ ਕੰਠ ਜੱਜ ਸ਼ਵੇਤਾ ਭਾਰਦਵਾਜ, ਰਾਕੇਸ਼ ਪ੍ਰਭਾਕਰ, ਮਨਮੋਹਨ ਭੱਟੀ, ਪੂਨਮ ਪ੍ਰਭਾਕਰ, ਦਿਸ਼ਾਂਤ ਸ਼ਰਮਾ, ਸਮੀਰ ਚੋਪੜਾ, ਨਵਦੀਪ ਉਦੈ, ਅਜੀਤ ਕੁਮਾਰ, ਨਿਰਮਲ ਸ਼ਰਮਾ, ਬਾਵਾ ਖੰਨਾ, ਵਿਨੋਦ ਖੰਨਾ, ਨਵੀਨ ਜੀ, ਜੋਗਿੰਦਰ ਸਿੰਘ, ਲਵਲੀ ਸ਼ਰਮਾ, ਮਨੀਸ਼ ਸ਼ਰਮਾ, ਸੁੱਖਾ ਅਮਨਦੀਪ, ਸਮੀਰ ਕਪੂਰ, ਅਭਿਲਕਸ਼ ਚੁੱਗ, ਸੌਰਭ ਅਰੋੜਾ, ਸਰੋਜ ਬਾਲਾ ਸਹਿਤ ਬੜੀ ਸੰਖਿਆ ਮੇਂ ਭਕਤ ਜਨ ਮੌਜੂਦ ਥੇ। ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਕਾ ਆਯੋਜਨ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਰਿੰਦਰ ਬਾਵਾ ਕੀ ਰਿਪੋਰਟ। ਬਗਲਾ ਮੁਖੀ ਮਾਤਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ। ਮਾਂ ਬਗਲਾ ਮੁਖੀ ਜੀ, ਅੱਜ ਮਾਂ ਬਗਲਾ ਮੁਖੀ ਦੇ ਸਿੱਧ ਧਾਮ, ਮਾਂ ਬਗਲਾ ਮੁਖੀ ਧਾਮ ਗੁਰਮੋਹਰ ਸਿਟੀ, ਜੋ ਕਿ ਪੰਜਾਬ ਦਾ ਪਹਿਲਾ ਮਾਤਾ ਬਗਲਾ ਮੁਖੀ ਜੀ ਦਾ ਮੰਦਰ ਹੈ, ਇਸ ਸਿੱਧ ਧਾਮ ਦੇ ਵਿੱਚ ਅੱਜ ਜਿਹੜਾ ਅਲੌਕਿਕ ਮਾਸਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਹੁਤ ਹੀ ਦੂਰੋਂ ਦੂਰੋਂ, ਖਾਲੀ ਪੰਜਾਬ ਨਹੀਂ, ਦਿੱਲੀਓਂ, ਹਰਿਆਣੇ ਤੋਂ, ਹਿਮਾਚਲ ਤੋਂ ਆਈ ਹੋਈ ਸੰਗਤ ਨੇ, ਕਸ਼ਮੀਰ ਤੋਂ, JNK ਤੋਂ ਆਈ ਹੋਈ ਸੰਗਤ ਨੇ ਵੀ ਮਹਾਮਾਈ ਦੇ ਦਰਬਾਰ 'ਤੇ ਪਹੁੰਚ ਕੇ ਹਵਨ ਯੱਗ 'ਚ ਆਹੁਤੀਆਂ ਡਾਲੀਆਂ ਔਰ ਮਾਂ ਦੇ ਕੋਲੋਂ ਆਪਣੇ ਲਈ, ਆਪਣੇ ਪਰਿਵਾਰ ਲਈ, ਸਮਾਜ ਲਈ ਜਿਹੜਾ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਹੈ ਔਰ ਮਾਂ ਦੇ ਦਰਬਾਰ ਤੋਂ ਇਹ ਝੋਲੀਆਂ ਭਰ ਕੇ
ਅਰਦਾਸ ਬੇਨਤੀਆਂ ਕੀਤੀਆਂ ਕਿ ਜਗਦੰਬਾ ਸਾਡੇ 'ਤੇ ਕਿਰਪਾ ਕਰੇ, ਆਸ਼ੀਰਵਾਦ ਦੇਵੇ, ਘਰ ਪਰਿਵਾਰ ਸੁੱਖ ਸ਼ਾਂਤੀ ਦੇਵੇ ਔਰ ਸਰੀਰਕ ਰੋਗਤਾ ਦੇਵੇ। ਮੈਂ ਇਸ ਦੇ ਨਾਲ ਹੀ ਦੱਸਣਾ ਚਾਹੁੰਦਾ ਕਿ ਅੱਜ ਮਾਂ ਬਗਲਾਮੁਖੀ ਜਯੰਤੀ ਜਿਹੜਾ ਇੱਕ ਵਿਸ਼ਾਲ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਮਈ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ। ਉਸ ਦਿਨ ਕਰਬੱਧ ਪ੍ਰਾਰਥਨਾ ਹੈ ਸਾਰੇ ਮਾਂ ਭਗਤਾਂ ਨੂੰ ਭਈ ਜਿਹੜਾ ਵੀ ਸਾਡਾ ਇਹ ਸੰਦੇਸ਼ ਜਿੱਥੋਂ ਸੁਣਦਾ ਹੋਵੇ, 16 ਮਈ ਦਿਨ ਵੀਰਵਾਰ ਮਾਂ ਬਗਲਾਮੁਖੀ ਜਯੰਤੀ, ਇੱਕ ਬਹੁਤ ਵਿਸ਼ਾਲ ਮੇਲਾ ਮਾਂ ਬਗਲਾਮੁਖੀ ਦੇ ਸਿੱਧ ਮੰਦਰ ਮਾਂ ਬਗਲਾਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਲੰਮਾ ਪਿੰਡ ਚੌਂਕ ਜਲੰਧਰ 'ਚ ਲਗਾਇਆ ਜਾ ਰਿਹਾ। ਆਪ ਸਾਰੇ ਪਰਿਵਾਰ ਸਹਿਤ ਉਸ ਦਿਨ ਪਹੁੰਚੋ ਔਰ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ। ਜੈ ਮਾਂ ਬਗਲਾਮੁਖੀ। सत्य सनातन शिवरात्रि महापर्व के चल रहे संपूर्ण माह के उपलक्ष्य में जलंधर के बस्तियां अड्डा स्थित जम्मू और कश्मीर बैंक के स्टाफ की तरफ से लंगर का आयोजन किया गया। सर्वप्रथम सिद्ध शक्तिपीठ श्री देवी तालाब मंदिर में पंडित करुणा शंकर द्वारा मंत्रोच्चारण कर कंजक पूजन किया गया, तो वहीं लंगर का शुभारंभ सिद्ध शक्तिपीठ श्री देवी तालाब मंदिर के महासचिव राजेश विज ने किया। इस मौके पर पार्षद मनमोहन सिंह, चंद्रमोहन महेंद्र, गुरचरण कुमार कोचर, तिलक राज सिक्का, जम्मू और कश्मीर बैंक के समूह सदस्य, शाखा प्रमुख रवि कुमार शर्मा, रोहित वर्मा, संजना अरोड़ा, कृपाली राजपूत, राम जी, अमित महाजन, संजय कुमार, मनजीत कौर व अन्य सदस्य भी मौजूद रहे। जलंधर से हलचल के लिए कैमरामैन सुदेश भगत की रिपोर्ट। जलंधर छावनी के अधीन आते गांव नंगल के रंजीत एनक्लेव स्थित बाबा बालकनाथ मंदिर में से विशाल शोभा यात्रा निकाली गई, जिसमें प्रसिद्ध समाज सेवक एवं आप नेता अजय कुमार पीवल ने विशेष रूप से उपस्थित होकर माथा टेक आशीर्वाद प्राप्त किया। ये शोभा यात्रा प्रधान राजेश कुमार और चेयरमैन बलबीर की अध्यक्षता में निकाली गई, जो कि इलाके की परिक्रमा कर वापस मंदिर प्रांगण में आकर संपन्न हुई। इस दौरान भक्तों ने बाबा जी की महिमा का गुणगान कर माहौल को भक्तिमय रूप प्रदान किया, तो वहीं भक्तों द्वारा जगह जगह पुष्प वर्षा कर और लंगर लगाकर इस शोभा यात्रा का स्वागत किया गया। इस अवसर पर असंख्य भक्तजनों ने हाजरी लगाई। जलंधर कैंट से हलचल के लिए कैमरामैन जतिन राजपूत की रिपोर्ट। हाँ जी नमस्कार जी, मैं अजय पिवाल, सोशल वर्कर दीपनगर तो जी। आए रंजीत इनकले पिंड नंगल च बाबा बालकनाथ मंदिर तो एक भव्य शोभा यात्रा कढ़ी गई, जिन्हें प्रधान राजेश जी और चेयरमैन कैप्टन बलबीर जी, इन्होंने एक भव्य शोभा यात्रा कढ़ी है। जद आशीर्वाद लैन लिए असी भी पहुँचे हैं, तो मैं दिल की गहराइया तो सारे सदस्यों का और रंजीत इनकले वासियों का ਧੰਨਵਾਦ ਕਰਦਾ ਕਿ ਜਿਹੜੇ ਇੰਨੇ ਵਧੀਆ ਕੰਮ ਕਰਦੇ ਆ ਤਾਂ ਗਾਂਹ ਵੀ ਕਰਦੇ ਰਹਿਣਗੇ। ਧੰਨਵਾਦ ਜੀ।